可怜，让咱保守点多少，一分钱快。पैसे तो ला ला साहब देने के जिना शुक्रिया अदा करने हां जी राम साहब पैसे देने के जिना शुक्रिया अदा करना पैसे नहीं देने लो सारे भाई सब कहने ने पैसे मैं तो नहीं देने पैसे क्या दे राम साहब कहने मैं दे देना पैसे अस्सलाम वालेकुम दोस्तों जसंग मैं थोड़ा दोस्त आसिफ दोस्तों आज दा ब्लास्ट शुरू ते सुबह सुबह का टाइम है ते दोस्तों आज मंडी जाना है ते एक काम मंडी जाना है कोई सब्जी लैक होनी है ते एक सूट है वो देना है दर्जी नूं ते वो जाने पहले एक मेरा दोस्त सारा मजा था वो बंदे भी ना उन्हें नाल लवांगा मैं लैके तो फिर मंडी जावांगे सूट दे के मैं बाजार होर फिलहाल मैं थोड़ी घरों रोटी खा के हैं ते थोड़ी जी होर भुख लग गई है ये करो मैं होर रोटी खा लगा ठीक है दोस्तों काफ़ी ज़्यादा घूमते सब तो पहले घूमना चौंक जावे तो उसे पैसे सेंड करना है 20,000 रुपया अपनी खाला में आपके और तो बाद जाव दर्जी को भी तुम दस दें कि दर्जी कितने जाना तो नजर आने ठीक काफ़ी ज़्यादा पर ही है सारा भाज साहब उन्हें सूट दिता है कल ओदा उन्हें देना है वह दे गए कल आई मेरे नाल ही है भाज साहब तो वह देने नाप तो उस बाद फिर मैं अपने दर्जी भी जावा फिर उत्थे जावे नाप के सूट भी भाज साहब नाप हो रहा सूट का एक सूट पहले ही सोया से भाई होना को उस्ताद होना को बहुत अच्छा सीता है बड़ा मजा आया पाने का गर्म सूट से एक होर सूट है यह देना है मैं ये भी सिर्फ जो उस्ताद ही सवा के देंगे दो तीन चौवा दिन टाइम लाँगा फिर तो बाद जाना बाजार बाजार से लाँगा सब्जी उस आ गया मंडी मंडियों ला गाजर तो गंढे तो पालक और लैके फिर तू जाने वापसी खुमरिया का दाना लैना है खुमरिया वास्ते पालक ला एक किलो बरीक बरीक पाया जा जूस कर रही है यार लो पालक दे दी प्याज है ये गंडे भाई प्याज क्या मिले प्याज तरी है 200 प्याज गिला प्याज मोटा है गिला छोटा छोटा कर दे छोटा बड़ी कर दे ना दोस्तों गाजरां ले जाने गाजरां जूस कढ़ने वास्ते माल्टे लेने माल्टे पावांगे एक दर्जन माल्टे 150 रुपये दर्जन माल्टे लेने सी चलो सर्दी जूस पीना चाहिए हो गया दर्जन मैं दोस्त घूमने वास्ते जे मैं जाना घर घूमने वास्ते दाना जे किलो ले जाऊंगा मैं दाना खत्म हो गया दोस्तों घूमने वास्ते दाने लैन
ਅੱਧਾ ਕਿਲੋ ਲੈ ਲੈਣਾ ਸੀ। ਉਹ ਦੋਸਤੋ ਸਾਰਾ ਕੰਮ ਹੋ ਗਿਆ ਸਾਡਾ ਬਾਜ਼ਾਰ ਵਾਲਾ, ਸੂਟ ਵੀ ਮੈਂ ਦੇ ਲਿਆ ਦਰਜੀ ਨੂੰ, ਬਾਜੂ ਸਾਹਿਬ ਨੂੰ ਆਪ ਵੀ ਦੇ ਲਿਆ, ਕੁੰਬੜਿਆਂ ਵਾਸਤੇ ਦਾਣਾ ਵੀ ਲੈ ਲਿਆ, ਹੋਰ ਮੰਡੀ ਵੀ ਹੋ ਰਹੀ ਹਾਂ ਅਸੀਂ, ਸਾਰੇ ਕੰਮ ਜੇ ਉਹ ਕਲੀਅਰ ਕਰ ਲੈਣੇ ਅਤੇ ਹੁਣ ਲੱਗੀ ਭੁੱਖ ਕਾਫੀ ਜ਼ਿਆਦਾ। ਅਤੇ ਬਾਜੂ ਸਾਹਿਬ ਨੂੰ ਲਾਵਾਂ ਮੈਂ ਉਹਦੇ ਘਰ, ਉਹ ਨਹੀਂ ਮੈਂ ਵੀ ਆਪਣਾ ਜਿਹਾ ਸਮਾਨ ਜਿਹੜਾ ਉਹ ਘਰ ਫੜਾ ਦਿਆਂ ਵਾ, ਅਤੇ ਉਤਨੀ ਦੇਰ ਤੱਕ ਨਾ ਬਾਜੂ ਸਾਹਿਬ ਬਣਾ ਲਉਂਗੇ ਕੋਈ ਖਾਣਾ ਛਾਣਾ ਦਾ ਕੋਈ ਬੰਦੋਬਸਤ ਕਰਨਗੇ ਸੁਬਾਹ ਵਾਸਤੇ। ਸੁਬਾਹ ਦਾ ਟਾਈਮ ਤਾਂ ਨਹੀਂ, ਟਾਈਮ ਤਾਂ ਕਾਫੀ ਜ਼ਿਆਦਾ ਹੋ ਗਿਆ, 12:30 ਦਾ ਟਾਈਮ ਹੋ ਗਿਆ, ਅਤੇ ਬਾਜੂ ਸਾਹਿਬ ਕਰਦੇ ਹਾਂ ਬੰਦੋਬਸਤ, ਅਤੇ ਮੈਂ ਉਨੀ ਦੇਰ ਤੱਕ ਘਰ ਸਮਾਨ ਫੜਾ ਲੈਣਾ ਸਾਰਾ ਹੀ। ਉਸ ਤੋਂ ਬਾਅਦ ਫਿਰ ਅਗਲਾ ਕੰਮ ਸ਼ੁਰੂ ਕਰਾਂਗੇ ਜਿਹੜਾ ਹੋਏਗਾ। ਉਹ ਦੋਸਤੋ ਮੈਂ ਜਾਂ ਸਮਾਨ ਲਿਆ ਛੱਡ ਕੇ ਆ ਗਿਆ, ਅਤੇ ਬਾਜੂ ਸਾਹਿਬ ਵੱਲ ਆ ਗਏ, ਅਤੇ ਬਾਜੂ ਸਾਹਿਬ ਵੀ ਨਾਸ਼ਤਾ ਬਣਾ ਰਹੇ ਨੇ ਸੁਬਾਹ ਦਾ, ਟਾਈਮ ਹੋ ਗਿਆ 12:30 ਦਾ। 2 ਵਜੇ ਰਾਤ ਤੇ ਹੋ ਜਾਇਓ ਯਾਰ। ਤੋਂ ਬਾਅਦ ਨਾ ਬਾਜੂ ਸਾਹਿਬ ਨੂੰ ਕਿਹਾ ਸਾਨੂੰ ਪੀਜ਼ਾ ਖਵਾ ਕੇ ਲਿਆਓ, ਅਤੇ ਪੀਜ਼ਾ ਵੀ ਖਾਣਾ ਬਾਜੂ ਸਾਹਿਬ ਕੋਲ, ਤੁਹਾਨੂੰ ਵੀ ਦਿਖਾ ਲੈਣ ਕਿੱਥੇ ਜਾਣਾ ਪੀਜ਼ਾ ਖਾਣ ਵਾਸਤੇ। ਤੁਹਾਡਾ ਜੀ ਨਾਲ ਚਾਹ ਬੜਾ ਡੋਰ ਤਿਆਰ, ਸਾਨੂੰ ਭੁੱਖ ਲੱਗੀ ਯਾਰ। ਉਸ ਤੋਂ ਬਾਅਦ ਸ਼ਾਮ ਦਾ ਟਾਈਮ ਜਿਹੜਾ ਪ੍ਰੋਗਰਾਮ ਬਣਾਇਆ ਪੀਜ਼ੇ ਦਾ, ਉਹ ਪੀਜ਼ਾ ਖਾਣ ਜਾਵਾਂਗੇ, ਬਾਜਾ ਸਾਨੂੰ ਪੀਜ਼ਾ ਖਵਾਉਣਗੇ। ਹੁਣ ਵੇਖੋ ਪੀਜ਼ਾ ਖਾਂਦਾ ਸਾਡੀ ਕੜਾਹੀ ਲਵਾਉਂਦੇ ਹਾਂ, ਉਹ ਖਵਾਉਂਦਾ ਸਾਨੂੰ, ਅਤੇ ਬਾਜੂ ਸਾਹਿਬ ਉਹ ਸਾਡੇ ਕੋਲ ਬੈਠੇ ਨੇ। ਬਾਜੂ ਸਾਹਿਬ ਕੀ ਲਵਾਉਣ ਲੱਗੇ? ਹਾਂਜੀ ਕੀ ਲਵਾਇਆ ਜੀ ਰਾਮ ਸਾਹਿਬ? ਲੋ ਜੀ ਦੋਸਤੋ ਪੀਜ਼ਾ ਵੀ ਆ ਗਿਆ, ਇੱਕ ਇੱਕ ਕਿਸੇ ਜਿੰਗਲ ਬਰਗਰ ਖਾਧਾ, ਉਸ ਤੋਂ ਬਾਅਦ ਜਿਹਾ ਪੀਜ਼ਾ ਖਾਣ ਲੱਗਾ, ਮਲਾਈ ਪੋਟੀ ਪੀਜ਼ਾ ZFC ਸਪੈਸ਼ਲ ਪੀਜ਼ਾ। ਦੋਸਤੋ ਅਸੀਂ ਹੁਣ ਬਾਜਵਾ ਸਾਹਿਬ ਨੇ ਪੀਜ਼ਾ ਖਵਾਇਆ ਸਾਨੂੰ, ਅਸੀਂ ਪੀਜ਼ਾ ਖਾ ਲਿਆ, ਮੈਂ ਅਤੇ ਸਾਮਾ ਸਾਹਿਬ, ਅਤੇ ਪਹਿਲਾਂ ਜਿੰਗਲ ਲਵਾਇਆ ਸੀ, ਉਸਦੇ ਤੋਂ ਬਾਅਦ ਇੱਕ 2 ਮਿੰਟਾਂ ਬਾਅਦ ਆ ਗਿਆ ਸੀ ਪੀਜ਼ਾ, ਪੀਜ਼ਾ ਖਾਧਾ, ਉਸ ਤੋਂ ਬਾਅਦ ਬੋਤਲ ਆ ਗਈ, ਉਹ ਖਾਧਾ, ਬੜਾ ਮਜ਼ਾ ਆਇਆ, ਬੜਾ ਮਜ਼ਾ ਆਇਆ, ਟੇਸਟੀ ਪੀਜ਼ਾ ਸੀ। ਕਿਹੜਾ ਰੰਗੀ ਪੀਜ਼ਾ ਸੀ? ਮਲਾਈ ਬੋਟੀ ਸਪੈਸ਼ਲ, ਮਲਾਈ ਸਪੈਸ਼ਲ ZFC ਸਪੈਸ਼ਲ ZFC ਹੀ ਪੀਜ਼ਾ, ਅਤੇ ਖਾਧਾ, ਬੜਾ ਮਜ਼ਾ ਆਇਆ। ਅਸੀਂ ਬਾਜੋ ਸਾਹਿਬ ਦਾ ਬੜਾ ਸ਼ੁਕਰੀਆ ਅਦਾ ਕਰਾਂਗੇ, ਹੁਣ ਪਤਾ ਨਹੀਂ ਕਿਹੜੀ ਖੁਸ਼ੀ ਦੀ ਪਾਈ ਸਾਨੂੰ ਪਾਰਟੀ, ਅੱਲਾ ਪਾਕ ਖੈਰ ਕਰੇ, ਖੁਸ਼ ਰੱਖੇ। ਅਸੀਂ ਮੂੰਹ ਗੱਲ ਹੀ ਕੱਢੀ ਬਾਜੋ ਸਾਹਿਬ ਨੂੰ ਪੀਜ਼ਾ ਖਵਾਓ।
ਉਹਨਾਂ ਲਿਆ ਚੁੱਕ ਬਰੇਕ ਲਾਈ ਜਾਂ ਡੈਕ ਦੇ ਬੋਏ ਦੇ ਦੋਸਤੋ ਬਿੱਲ ਵੀ ਆ ਗਿਆ ਬਾਈ ਸਾਹਿਬ ਬਿੱਲ ਦੇਣ ਬਿੱਲ ਕਿੰਨਾ ਹੈ ਬਜਲ ਸਾਹਿਬ 2240 ਹੈ ਦੇਖੋ ਬਾਜ ਸਾਹਿਬ ਨੇ ਕਿਤੇ ਅੱਜ ਹੀ ਏਟੀਐਮ ਮਾਰਿਆ ਹੈ ਅੱਜ ਹੀ ਕਢਾਏ ਨੇ ਨਵੇਂ ਪੈਸੇ ਨਵੇਂ ਵੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ ਅਤੇ ਧੁੱਪ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਧੁੱਪ ਪਈ ਗਈ ਹੈ ਮੈਂ ਪਸੂੜੋ ਆਪਾਂ ਜਾਣਾ ਧਾਰੀਵਾਲ ਜਾਣ ਗਿਆ ਹਾਂ ਮੈਂ ਆਪਣੇ ਦੋਸਤ ਨੂੰ ਲੈਣ ਵਾਸਤੇ ਰਾਮ ਤਾਰਨ ਸਿੰਘ ਹੋਰੀ ਕਾਲ ਆਈ ਸੀ ਉਹਨੂੰ ਲੈ ਕੇ ਜਾ ਮੈਂ ਮੇਰੇ ਨਾਲ ਹੀ ਬੈਠਾ ਪੁਲਿਸ ਵਾਲੇ ਧੁੱਪ ਵਾਲੇ ਦੋਸਤੋ ਦੁਪਹਿਰ ਦੇ ਟਾਈਮ 4 ਵਜੇ 'ਚ ਅਸੀਂ ਤੁਹਾਨੂੰ ਦਿਖਾਇਆ ਕਿ ਜਾਡ ਐਫ ਸੀ ਤੋਂ ਪੀਜ਼ਾ ਖਾਧਿਆ ਸੀ ਪੀਜ਼ਾ ਖਾਣ ਤੋਂ ਬਾਅਦ ਅਸੀਂ ਚਲੇ ਗਏ ਆਪਣੇ ਹੁਣ ਆਪਣਾ ਦੋਸਤ ਜੇ ਚਲੇ ਗਏ ਹਾਂ ਉੱਥੇ ਕੁੱਤਿਆਂ ਦੇ ਸ਼ਿਕਾਰ 'ਤੇ ਠੀਕ ਹੈ ਉਹਦੇ ਵੀਡੀਓ ਤੁਹਾਨੂੰ ਬਣਾ ਦਿਖਾਈਏ ਫਿਰ ਮੈਂ ਤੁਰ ਗਿਆ ਧਾਰੀਵਾਲ ਰਾਮਦਾਨ ਸਾਹਿਬ ਨੂੰ ਲੈਣ ਵਾਸਤੇ ਅਤੇ ਹੁਣ ਟਾਈਮ ਹੋਇਆ ਤਕਰੀਬਨ 9 ਵਜੇ 8:30 ਹੋ ਗਏ ਨੇ ਅਤੇ ਹੁਣ ਇਹ ਸਬਜ਼ੀਆਂ ਦੇ ਚਾਵਲ ਪਕਾਵਾਂਗੇ ਠੀਕ ਹੈ ਅਤੇ ਉਹ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਣਦੇ ਨੇ ਠੀਕ ਹੈ ਅਤੇ ਕਿਹੜੀ ਚਾਵਲਾਂ ਵਿੱਚ ਕਿਹੜੀ ਸਬਜ਼ੀ ਪੈਂਦੀ ਹੈ ਮਸਲਾਂ ਗਾਜਰਾਂ ਪਾਉਣੀ ਆਲੂ ਮਟਰ ਜੇ ਸ਼ਾਇਦ ਪੈਂਦੇ ਤੁਹਾਨੂੰ ਦਿਖਾ ਲੈਂਦੇ ਬਣਾਉਂਦੇ ਹਾਂ ਵੀਡੀਓ ਨਾਲ ਨਾਲ ਦਿਖਾਉਂਦੇ ਜਾਂਦੇ ਕਿਸ ਤਰ੍ਹਾਂ ਪੱਕਦੇ ਨੇ ਚਾਵਲ ਤੁਹਾਨੂੰ ਦੱਸਿਆ ਚਾਈਨੀਜ਼ ਚਾਵਲ ਪਕਾਉਣ ਵਾਸਤੇ ਕਿਹੜੀ ਕਿਹੜੀ ਸ਼ਾਇਦ ਸਾਨੂੰ ਲੋੜ ਪੈਣੀ ਹੈ ਆਹ ਗਾਜਰਾਂ ਸਟੀਲ ਲਈਆਂ ਮੈਂ ਫਿਲਹਾਲ ਹੈ ਵੱਡੇ ਪੀਸ ਹੋ ਗਏ ਨੇ ਇਹ ਮੈਂ ਛੋਟੇ ਘਰਾਂ ਦਾ ਕੱਟਿਆ ਵੱਡੇ ਵੱਡਾ ਕੱਟ ਕੀਤਾ ਕਬੂਤਰਾਂ ਦਾ ਬਾਜੂ ਸਾਹਿਬ ਵੇਖੋ ਟਮਾਟਰ ਛਿੱਲਦੇ ਮੈਂ ਕੱਟਦੇ ਅਤੇ ਚਾਵਲ ਪਕਾਵਾਂ ਅਸੀਂ 2 ਗਲਾਸ ਕਿਉਂ ਅਸੀਂ 4 ਜਣੇ 4 ਗਲਾਸ ਬਣੇ ਕਿਉਂ ਬਾਜੂ ਸਾਹਿਬ ਕਿੰਨੇ ਬਾਜੂ ਸਾਹਿਬ ਨੂੰ ਪਤਾ ਨਹੀਂ ਲੱਗਾ ਉਹ ਇਹਨੇ ਬਾਜੂ ਸਾਹਿਬ ਨੇ ਸਮਝਿਆ 4 ਗਲਾਸ ਪਕਾਉਣੇ ਆ ਲੇਕਿਨ ਮੈਂ ਇਹ ਗੱਲ ਕਹੀ ਬਾਜੂ ਸਾਹਿਬ ਨੂੰ 2 ਗਲਾਸ ਪਕਾਉਣੇ ਚਾਵਲਾਂ ਦੇ ਅਤੇ 4 ਬੰਦੇ ਹਾਂ ਅਸੀਂ ਬਰੀਕ ਕਰ ਲਾਂ ਥੋੜ੍ਹੇ ਜਿਹੇ ਦੋਸਤੋ ਜਿਹੜਾ ਆਇਆ ਗਲਾਸ ਨਾ ਅਸੀਂ ਇਹ ਅਸੀਂ 2 ਪਾਵਾਂਗੇ ਵਿੱਚ ਮਿਲ ਲਾਂਗੇ ਪਹਿਲੇ ਤੋਂ ਭਿਉਣ ਦੀ ਚਾਵਲ ਭਿਉਣੇ ਆ 2 ਦੋਸਤੋ ਇੱਕ ਸਾਈਡ ਦੇ ਚਾਵਲ ਨੇ 2 ਗਲਾਸ ਇਹ ਲੈ ਅਸੀਂ ਬਾਲਣ ਡੇ ਹਾਂ ਜੇ ਬਾਲ ਜੇ ਬਾਲੇ ਜਾਣਗੇ ਨਾ ਉਦੋਂ ਬਾਅਦ ਅਸੀਂ ਉਹਦੇ 'ਚ ਪਾਵਾਂਗੇ ਚਾਵਲ ਚਾਹੇ ਸਾਡੇ ਨਾਲ ਇਹ ਪਾਲਾ ਜਾਣਾ ਜਾਂ ਸਬਜ਼ੀ ਉਹ ਤਿਆਰ ਹੋਣਦੀ ਆ ਇਸ ਟਾਈਮ ਪਾਣੀ ਉੱਡ ਉੱਡ ਗਿਆ ਸਾਰੇ ਜਣਾ ਪਾਣੀ ਚ ਹੈ ਨਾ ਹੈ ਪਾਣੀ ਦਾ ਆਉਂਦਾ ਕੋਈ ਨਹੀਂ ਪਰ ਸੁਣ ਚਲ ਪਕੇ
दोस्तों यह चैलेंज पकाई पहली दफा देखो किसान की पकी है ऐसी अपने मैं बिल्कुल सही पकाई है फिर लेना है नहीं तुरों दूर अमरीद के आए हैं दोस्तों बड़ी चैलेंज तैयार हो गई जिसमें से पकाई है अल्लाह पाला शुक्र है बड़ी सोहनी तैयार की दोवे दोस्तों ने मैं सारा बाजा साहब ने पकाया ने चने चावल खान लगे अस दो जने अस आ गए फिर राणा साहब कह रहे मैं रोटी खानी है रोटी लैन वास्ते गए बाजारों पौधे मैं चावल नहीं दोस्तों अज का विलास इतने अं खत्म करने राम साहब हो रही चावल नहीं खाते राम साहब सालन तैयार किया लैदा तो अज की वीडियो इतने खत्म करने खुदा हाफिज़ दुआ में याद रखियो।